ਮਾਫੀ ਚਾਹੁੰਦਾ ਅਦਾਲੀ ਭਾਜੀ ਘੋੜਾ ਮਾਫੀ ਮੰਗ ਰਿਹਾ। ਹੁਣ ਮੈਂ ਬੇਨਤੀ ਕਰਦਾ, ਨਿਵਰ ਬੇਨਤੀ ਆ ਮੈਡਮ ਸੰਤੋਸ਼ ਚੌਧਰੀ ਜੀ, ਦੇਸ਼ ਆਜ਼ਾਦ ਕਰਾਉਣ ਵਾਲੀ ਕਾਂਗਰਸ ਦੀ ਵਿਚਾਰਧਾਰਾ ਉਹਦੇ ਨਾਲ ਜੁੜ ਕੇ ਗੁਰੂਆਂ ਪੀਰਾਂ ਨੇ ਜੋ ਸੇਧ ਦਿੱਤੀ ਉਹਨੂੰ ਮੰਨ ਕੇ ਤਿਆਗ ਸਦਭਾਵਨਾ ਆਪਸੀ ਭਾਈਚਾਰਾ ਉਹਦਾ ਮੁੱਢ ਬਣ ਕੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਇਮਾਨ ਦੀ ਪ੍ਰੇਰਣਾ, ਤਿਆਗ ਦੀ ਪ੍ਰੇਰਣਾ, ਜਿਹਨਾਂ ਨੇ ਨੌਕਰੀਆਂ ਨਹੀਂ, ਜਿਹਨਾਂ ਨੇ 2-2 ਕਰੋੜ ਰੁਪਏ ਦੀ ਆਮਦਨ ਛੱਡੀ, ਹਜ਼ਾਰਾਂ ਕਰੋੜ ਰੁਪਏ ਦੇ ਦਾਨ ਦੇ ਕੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਨਾਂ ਵਾਰਤੀਆਂ ਭਗਤ ਸਿੰਘ ਵਰਗਿਆਂ ਨੇ, ਹੈਂ ਜਾਨਾਂ, ਏਡੀ ਵੱਡੀ ਕਿਹੜੀ ਭਾਵਨਾ ਸੀ ਕੀ ਉਹ ਸੋਚ ਸਕਦੇ ਸੀ? ਪੀਲੀ ਪੱਗ ਬੰਨ ਕੇ ਕੁਛ ਨਹੀਂ ਹੋਣਾ ਮਿੱਤਰਾ, ਪੀਲੀ ਪੱਗ ਬੰਨ ਕੇ ਰੰਗ ਰਲੀਆਂ ਮਨਾਉਣੀਆਂ, 6-6 ਲੱਖ ਦੇ ਜਹਾਜ਼ਾਂ 'ਚ ਘੁੰਮਣਾ, ਕੁਛ ਨਹੀਂ ਹੋਣਾ। ਜੇ ਪੀਲੀ ਪੱਗ ਬੰਨੀ ਹੈ ਤਾਂ ਫਿਰ ਤਿਆਗ ਕਰਕੇ ਦਿਖਾਓ ਹੋ ਜਾ। ਸਮਝ ਨਹੀਂ ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ ਇੱਕ ਸਾਲ 'ਚ ਬਣੂ, 1 ਲੱਖ ਕਰੋੜ ਰੁਪਈਏ ਦੇ ਸਾਡੇ ਐਸੈਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ। ਕੀ ਅੱਜ ਪੰਜਾਬ, ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ? ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਜੇ ਇਸ ਬਦਲਾਵ ਦੇ ਵਿੱਚ ਹਿੱਸਾ ਪਾ ਸਕਦੇ ਹੋ, ਕਿਰਦਾਰਾਂ ਨੂੰ ਦੇਖੋ, ਕਿਉਂਕਿ ਕਿਰਦਾਰਾਂ ਦੇ ਉੱਤੇ ਹੀ ਭਰੋਸਾ ਹੋ ਸਕਦਾ। ਚਾਹੇ ਮਾਸਕ ਤਾਰਾ ਸਿੰਘ ਕੋਈ ਪਾਰਟੀ ਹੋਵੇ, ਚਾਹੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਹੋਵੇ, ਚਾਹੇ ਰਾਹੁਲ ਗਾਂਧੀ ਜੀ ਹੋਣ, ਚਾਹੇ ਪੰਡਿਤ ਜਵਾਹਰ ਲਾਲ ਨਹਿਰੂ ਹੋਵੇ, ਲਾਲ ਬਹਾਦੁਰ ਸ਼ਾਸਤਰੀ ਹੋਣ, ਉਹ ਸੁਤੰਤਰਤਾ ਸੈਨਾਨੀ ਹੋਣ ਜਿਹਨਾਂ ਨੇ ਦੇਸ਼ ਦੀਆਂ ਨੀਹਾਂ ਬਣਾਈਆਂ, ਜਦੋਂ ਕੌਂਸਟੀਟਿਊਸ਼ਨ ਆਫ ਇੰਡੀਆ ਬਣਿਆ ਤੇ ਕਿੰਨੀਆਂ ਬਿੰਦੀਆਂ ਦਾ ਦਾਨ ਦੇ ਕੇ ਕੌਂਸਟੀਟਿਊਂਟ ਅਸੈਂਬਲੀ ਬਣਾਈ, ਹਰ ਦੇਸ਼, ਹਰ ਵਰਗ, ਹਰ ਆਪਸੀ ਭਾਈਚਾਰੇ ਨੂੰ ਮਿਲਾ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਿਆ, ਉਦੋਂ ਗੋਰਿਆਂ ਤੋਂ ਆਜ਼ਾਦ ਹੋਇਆ। ਅੱਜ ਫੇਰ ਇਹ ਰੰਗਲਾ ਪੰਜਾਬ ਉੱਧਰ ਨੂੰ ਜਾਈ ਜਾਂਦਾ ਕਿ ਇਹ ਸਾਡੀ ਭੁੱਖ, ਸਾਡੇ ਲਾਲਚ, ਸਾਡੇ ਸਵਾਰਥ ਐਡੇ ਉੱਚੇ ਹੋ ਗਏ ਮਿੱਤਰ ਪਿਆਰਿਓ? ਹੈ ਕੁਛ ਨਹੀਂ ਚਾਹੀਦਾ ਮੈਨੂੰ, ਨਾ ਮੰਗਿਆ ਸੀ ਅੱਜ ਤੱਕ, ਸਮਝੇ ਨਹੀਂ। ਬਸ ਇੱਕ ਪੰਜਾਬ ਦੀ ਸਦਗਤੀ ਜ਼ਰੀਆ, ਅਗਰ ਤੇ ਲੀਡਰ ਆਪਣੀ ਪੁਰਾਣੀ ਪਛਾਣ ਭੁੱਲ ਕੇ ਨਵਾਂ ਸਿਸਟਮ ਸਿਰਜਣਗੇ ਪੈਰਾਂ 'ਚ ਸੀਸ ਲਵਾਉਣ, ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਹੀ ਨਵਾਂ ਸਿਸਟਮ ਬਣਵਾਊ। ਵਿਚਾਰਾਂ ਦੀ, ਕਿਸੇ ਵਿਚਾਰ ਦੀ ਮਤਭੇਦ ਨੂੰ, ਸ਼ਖਸੀਅਤਾਂ ਦਾ ਮਤਭੇਦ, ਇਹਦਾ ਰੋਲ ਮਤ ਦਿਓ। ਬੜੇ ਲੋਕ ਨੇ ਇਹਦੇ ਪਾਰ ਪਾਉਣ ਦੇ ਲਈ ਵਿਚਾਰਾਂ ਦੇ ਮਤਭੇਦ ਨੂੰ, ਸ਼ਖਸੀਅਤਾਂ ਦਾ ਮਤਭੇਦ ਦੱਸੀ ਜਾਂਦੇ ਆ, ਗਲਤ। ਨਵਜੋਤ ਸਿੰਘ ਸਿੱਧੂ ਦਾ ਇੱਕੋ ਸੁਪਨਾ ਹੈ ਨਵਾਂ ਸਿਸਟਮ, ਇਸ ਕਰਪਟ ਸਿਸਟਮ ਨੂੰ ਨੌਜਵਾਨ ਭੰਨਣ। ਬੀਜ ਬੋ ਦਿਓ, ਇਹਨਾਂ ਨੌਜਵਾਨਾਂ ਲਈ ਕਹਿ ਰਿਹਾ, ਬੀਜ ਬੋ ਦਿਓ, ਫੁੱਲ ਖਿਲ ਕੇ ਚਮਨ ਨੂੰ ਬਹਾਰ ਦੇਣਗੇ, ਉਹ ਦਿਸ਼ਾ ਦੇ ਦਿਓ, ਇਹ ਨੌਜਵਾਨ ਮਿਲ ਕੇ ਪੰਜਾਬ ਨੂੰ ਸਵਾਰ ਦੇ। ਸਿੱਧੂ ਹਾਈਕਮਾਂਡ ਤਾਂ 28 ਪਾਰਟੀਆਂ ਨਾਲ ਕੰਪਰੋਮਾਈਜ਼ ਕਰ ਰਹੇ ਹਾਂ, ਜੇ ਅਸੀਂ ਸਾਡੀ ਡੈਮੋਕ੍ਰੇਸੀ ਨਾ ਰਹੀ ਮਿੱਤਰ ਕਹਿੰਦੇ ਸੁਣ, ਜੇ ਸਾਡੀ ਡੈਮੋਕ੍ਰੇਸੀ ਨਾ ਰਹੀ ਪਾਰਟੀਆਂ ਨੂੰ ਕੀ ਕਰ ਰਹੇ? ਬਸ ਬਸ ਚੀਚੀ ਬੋਲੀ ਜਾ, ਦੇਸ਼ ਆਜ਼ਾਦ ਕਰਾਉਣ ਵਾਲੀ ਕਾਂਗਰਸ ਦੀ ਵਿਚਾਰਧਾਰਾ ਉਹਦੇ ਨਾਲ ਜੁੜ ਕੇ ਗੁਰੂਆਂ ਪੀਰਾਂ ਨੇ ਜੋ ਸੇਧ ਦਿੱਤੀ
ਉਹਨੂੰ ਮੰਨ ਕੇ ਪਿਆਰ ਸਦਭਾਵਨਾ ਆਪਸੀ ਭਾਈਚਾਰਾ ਉਹਦਾ ਮੁੱਢ ਬਣ ਕੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਈਮਾਨ ਦੀ ਪ੍ਰੇਰਣਾ ਤਿਆਗ ਦੀ ਪ੍ਰੇਰਣਾ ਜਿਹਨਾਂ ਨੇ ਨੌਕਰੀਆਂ ਨਹੀਂ ਜਿਹਨਾਂ ਨੇ 2-2 ਕਰੋੜ ਰੁਪਏ ਦੀ ਆਮਦਨ ਛੱਡੀ ਹਜ਼ਾਰਾਂ ਕਰੋੜ ਰੁਪਏ ਦੇ ਦਾਨ ਦੇ ਤੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਨਾਂ ਵਾਰਤੀਆਂ ਭਗਤ ਸਿੰਘ ਵਰਗਿਆਂ ਨੇ ਹੈ ਜਾਨਾਂ ਏਡੀ ਵੱਡੀ ਕਿਹੜੀ ਭਾਵਨਾ ਸੀ ਕਿ ਉਹ ਸੋਚ ਸਕਦੇ ਸੀ ਪੀਲੀ ਪੱਗ ਬੰਨ ਕੇ ਕੁਛ ਨਹੀਂ ਹੋਣਾ ਮਿੱਤਰਾ ਪੀਲੀ ਪੱਗ ਬੰਨ ਕੇ ਰੰਗ ਰਲੀਆਂ ਮਨਾਉਣੀਆਂ 6-6 ਲੱਖ ਦੇ ਜਹਾਜ਼ਾਂ 'ਚ ਘੁੰਮਣਾ ਕੁਛ ਨਹੀਂ ਹੋਣਾ ਜੇ ਪੀਲੀ ਪੱਗ ਬੰਨੀ ਹੈ ਤੇ ਫਿਰ ਤਿਆਗ ਕਰਕੇ ਦਿਖਾਓ ਹੋ ਜਾ ਸਮਝ ਨਹੀਂ ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ ਇੱਕ ਸਾਲ 'ਚ ਬਣੂ 1 ਲੱਖ ਕਰੋੜ ਰੁਪਈਏ ਦੇ ਸਾਡੇ ਐਸੈਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ ਕਿ ਅੱਜ ਪੰਜਾਬ ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਜੇ ਇਸ ਬਦਲਾਵ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਰਦਾਰਾਂ ਨੂੰ ਦੇਖੋ ਕਿਉਂਕਿ ਕਿਰਦਾਰਾਂ ਦੇ ਉੱਤੇ ਹੀ ਭਰੋਸਾ ਹੋ ਸਕਦਾ ਚਾਹੇ ਮਾਸਟਰ ਤਾਰਾ ਸਿੰਘ ਕੋਈ ਪਾਰਟੀ ਹੋਵੇ ਚਾਹੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਹੋਵੇ ਚਾਹੇ ਰਾਹੁਲ ਗਾਂਧੀ ਜੀ ਹੋਣ ਚਾਹੇ ਪੰਡਿਤ ਜਵਾਹਰ ਲਾਲ ਨਹਿਰੂ ਹੋਵੇ ਲਾਲ ਬਹਾਦੁਰ ਸ਼ਾਸਤਰੀ ਹੋਣ ਉਹ ਸੁਤੰਤਰਤਾ ਸੈਨਾਨੀ ਹੋਣ ਜਿਹਨਾਂ ਨੇ ਦੇਸ਼ ਦੀਆਂ ਨੀਹਾਂ ਬਣਾਈਆਂ ਜਦੋਂ ਕੌਂਸਟੀਟਿਊਸ਼ਨ ਆਫ ਇੰਡੀਆ ਬਣਿਆ ਤੇ ਕਿੰਨੀਆਂ ਬਿਲਡਿੰਗਾਂ ਦਾ ਦਾਨ ਦੇ ਕੇ ਕੌਂਸਟੀਟਿਊਂਟ ਅਸੈਂਬਲੀ ਬਣਾਈ ਹਰ ਦੇਸ਼ ਹਰ ਵਰਗ ਹਰ ਆਪਸੀ ਭਾਈਚਾਰੇ ਨੂੰ ਮਿਲਾ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਉਦੋਂ ਗੋਰਿਆਂ ਤੋਂ ਆਜ਼ਾਦ ਹੋਇਆ ਅੱਜ ਫੇਰ ਇਹ ਰੰਗਲਾ ਪੰਜਾਬ ਉੱਧਰ ਨੂੰ ਜਾਈ ਜਾਂਦਾ ਕਿ ਇਹ ਸਾਡੀ ਭੁੱਖ ਸਾਡੇ ਲਾਲਚ ਸਾਡੇ ਸਵਾਰਥ ਐਡੇ ਉੱਚੇ ਹੋ ਗਏ ਮਿੱਤਰ ਪਿਆਰਿਓ ਹੈ ਕੁਛ ਨਹੀਂ ਚਾਹੀਦਾ ਮੈਨੂੰ ਨਾ ਮੰਗਿਆ ਸੀ ਅੱਜ ਤੱਕ ਸਮਝੋ ਨਹੀਂ ਬਸ ਇੱਕ ਪੰਜਾਬ ਦੀ ਸਦਗਤੀ ਜ਼ਰੀਆ ਅਗਰ ਤੇ ਲੀਡਰ ਆਪਣੀ ਪੁਰਾਣੀ ਪਛਾਣ ਭੁੱਲ ਕੇ ਨਵਾਂ ਸਿਸਟਮ ਸਿਰਜਣਗੇ ਪੈਰਾਂ 'ਚ ਸੀਸ ਲਵਾਉਂ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਹੀ ਨਵਾਂ ਸਿਸਟਮ ਬਣਵਾਊ ਵਿਚਾਰਾਂ ਦੀ ਕਿਸੇ ਵਿਚਾਰ ਦੀ ਮਤਭੇਦ ਨੂੰ ਸ਼ਖਸੀਅਤਾਂ ਦਾ ਮਤਭੇਦ ਇਹਦਾ ਰੋਲ ਮੱਤ ਦਿਓ ਬੜੇ ਲੋਕ ਨੇ ਜਿਹੜੇ ਪਾਰ ਪਾਉਣ ਦੇ ਲਈ ਵਿਚਾਰਾਂ ਦੇ ਮਤਭੇਦ ਨੂੰ ਸ਼ਖਸੀਅਤਾਂ ਦਾ ਮਤਭੇਦ ਦੱਸੀ ਜਾਂਦੇ ਆ ਗਲਤ ਨਵਜੋਤ ਸਿੰਘ ਸਿੱਧੂ ਦਾ ਇੱਕੋ ਸੁਪਨਾ ਹੈ ਨਵਾਂ ਸਿਸਟਮ ਇਸ ਕਰਪਟ ਸਿਸਟਮ ਨੂੰ ਨੌਜਵਾਨ ਭੰਨਣ ਬੀਜ ਬੋ ਦਿਓ ਇਹਨਾਂ ਨੌਜਵਾਨਾਂ ਲਈ ਕਹਿ ਰਿਹਾ ਬੀਜ ਬੋ ਦਿਓ ਫੁੱਲ ਖਿਲ ਕੇ ਚਮਨ ਨੂੰ ਬਹਾਰ ਦੇਣਗੇ ਉਹ ਦਿਸ਼ਾ ਦੇ ਦਿਓ ਇਹ ਨੌਜਵਾਨ ਮਿਲ ਕੇ ਪੰਜਾਬ ਨੂੰ ਸਵਾਰ ਦੇ ਸਿੱਧੂ ਹਾਈ ਕਮਾਂਡ ਤਾਂ 28 ਪਾਰਟੀਆਂ ਨਾਲ ਕੰਪਰੋਮਾਈਜ਼ ਕਰ ਰਹੇ ਜੇ ਅਸੀਂ ਸਾਡੀ ਡੈਮੋਕ੍ਰੇਸੀ ਨਾਲ ਰਹੀ ਮਿੱਤਰ ਕਹਿੰਦੇ ਸੁਣ ਜੇ ਸਾਡੀ ਡੈਮੋਕ੍ਰੇਸੀ ਨਾਲ ਰਹੀ ਪਾਰਟੀਆਂ ਨੂੰ ਕੀ ਕਰ ਰਹੇ ਬਸ ਬਸ ਦੇ ਜਾਂ ਤਾਂ ਉੱਚੀ ਬੋਲੀ ਜਾ ਮਿੱਤਰ ਪਿਆਰੇ ਜਾਂ ਸੁਣ ਲੈ ਗੱਲ ਸੁਣ ਭਾਈ ਅੱਜ ਇਲੈਕਸ਼ਨ ਕਮਿਸ਼ਨ ਤੇ ਸ਼ੱਕ ਕੋਈ ਸੁਣਦਾ ਅੱਜ ਲੋਕ ਸਭਾ ਦੇ ਵਿੱਚ 170 MP ਸਸਪੈਂਡ ਹੈ ਕਦੇ ਸੁਣਿਆ ਸੀ ਠੀਕ ਹੈ ਅੱਜ 323 ਬੰਦੇ ਅੰਦਰ ਖਹਿਰਾ ਅੰਦਰ ਠੀਕ ਹੈ ਕਦੇ ਕਾਨੂੰਨ ਵਿਵਸਥਾ ਇਹੋ ਜਿਹੀ ਦੇਖੀ ਸੀ ਲਾਅ ਐਂਡ ਆਰਡਰ ਦੇ ਕਦੇ ਦੇਖਿਆ ਸੀ ਇਹ ਕੀ ਹੈ ਇਹ ਕੀ ਹੈ ਇਹ ਡੈਮੋਕ੍ਰੇਸੀ ਹੈ ਜਿਹੜਾ ਤੁਹਾਡੇ ਹੱਕ 'ਚ ਬੋਲੇ ਉਹ ਤਾਂ ਮਾਂ ਕੇ ਕਮਾਲ ਹੈ ਤੁਮ ਕਰੋ ਤੋਂ ਦਿਆਰੀ ਲੀਲਾ ਹਮ ਕਰੋ ਤੋਂ ਕੈਰੈਕਟਰ ਲੀਲਾ ਜੇ ਕੋਈ ਹੋਰ ਬੋਲੇ ਤੇ ਤੁਸੀਂ ਉਹਨਾਂ ਨੂੰ ਅੰਦਰ ਦੇ ਦਿਓ ਉਹ ਭਾਈ ਪੰਜਾਬੀ ਕੌਮ ਹੈ ਉਹ ਸ਼ੇਰਾਂ ਦੀ ਕੌਮ ਹੈ ਤਿਆਗ ਬਲਿਦਾਨ ਦੀ ਕੌਮ ਹੈ ਤਾਂ ਹੀ ਮੈਂ ਕਹਿੰਦਾ ਜੇ ਸਟੇਟਾਂ ਦੇ ਇਸ ਗੁਲਦਸਤੇ ਨੂੰ ਅਸੀਂ ਸੈਂਟਰ ਬਣਾ ਕੇ ਦਿੱਤਾ
ਤੇ ਸਾਡੇ GST ਵਾਲੇ ਪੈਸੇ ਠੀਕ ਟਾਈਮ ਦੇ ਉੱਤੇ ਦੇਣ, ਠੀਕ ਹੈ, ਸਾਡੇ ਕਰਜ਼ੇ ਮਾਫ ਕਰਨ, ਸਾਨੂੰ ਕੋਈ ਪੈਕੇਜ ਦੇਣ, ਸਮਝੇ ਨੀ, ਸਾਡੇ ਡੈਮਾਂ ਦੇ ਲਾਅ ਵਾਪਸ ਲੈਣ, ਸਾਡੇ ਕਿਸਾਨ ਗਰੂਹਾਂ ਦੇ ਉੱਤੇ ਨਾ ਰੱਖਣ, ਸਾਡੇ ਬਾਰਡਰ ਖੋਲਣ। ਇਹ ਮੁੱਦੇ ਨੇ ਮਿੱਤਰਾ, ਤੇ ਜੇ ਇਹਨਾਂ ਮੁੱਦਿਆਂ ਲਈ ਸਮਝੌਤਾ ਕਰਨਾ ਪਵੇ ਤੇ ਕਰਨਾ ਪਊ, ਕਿਉਂਕਿ ਜੇ ਉਹ ਨਾ ਕੀਤਾ ਪਾਰਟੀ ਦੀ ਗੱਲ ਛੱਡੋ, ਵਿਚਾਰਧਾਰਾ ਕਿੱਥੇ ਰਹਿ ਗਈ? ਸਿੱਧੂ ਸਾਹਿਬ ਤੁਹਾਡੇ ਪਾਰਟੀ ਦਾ ਉਹ ਪੰਜਾਬ ਦੇ ਸਾਰੇ ਵਿਰੋਧ ਕਰ ਰਹੇ ਆ। ਮੇਰਾ ਕੋਈ ਵਿਰੋਧ ਨਹੀਂ ਕਰ ਰਿਹਾ, ਜੇ ਕਰਦਾ ਮੈਂ ਲੰਮੀ ਉਮਰ ਲਈ ਪਾਰਟੀ ਦਾ ਸਮਝੌਤੇ ਦਾ ਕਰ ਜਾਣਾ। ਠਹਿਰ ਠਹਿਰ, ਮੈਂ ਕਿਹਾ ਕੁਝ ਵੀ ਵਿਰੋਧ ਕਰੇ, ਜਦੋਂ ਅਹੁਦੇ ਲੈਂਦਾ ਕੋਈ ਵਿਰੋਧ ਕਰਦਾ? ਮੇਰਾ ਸਟੈਂਡ ਬੜਾ ਕਲੀਅਰ ਹੈ, ਜੋ ਹਾਈਕਮਾਂਡ ਦਾ ਸਟੈਂਡ ਹੈ ਉਹ ਮੇਰਾ ਸਟੈਂਡ ਹੈ। ਤੇ ਮੇਰੀ ਗੱਲ ਸੁਣ, ਕੋਈ ਕਿਸੇ ਨਾਲ ਹੋਵੇ ਨਾ ਹੋਵੇ, ਲੋਕਤੰਤਰ ਚ ਤਾਕਤ ਕੀ ਹੁੰਦੀ ਹੈ? ਕਿਹਦੇ ਨਾਲ ਲੋਕ ਨੇ?